10 ਸਾਲਾਂ ਬਾਅਦ ਮਿਲਿਆ ਮਾਪਿਆਂ ਦਾ ਇਕਲੌਤਾ ਪੁੱਤ ਤੇ ਮਾਂ ਬਾਪ ਹੋ ਗਏ ਬੁੱਢੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚੰਗੇ ਭਵਿੱਖ ਨੂੰ ਲੈ ਕੇ ਇਹ ਮੁੰਡਾ ਵਿਦੇਸ਼ ਗਿਆ ਸੀ। ਓਏ ਦੁਨੀਆ ਨਵੀਂ ਚਲਾਏ ਔਖੀਆਂ ਕਮਾਈਆਂ ਹੋੜੀਆਂ, ਬੜੇ ਹੀ ਚਾਮਾ ਦੇ ਨਾਲ ਭੇਜਿਆ ਹੋਵੇਗਾ ਮਾਪਿਆਂ ਆਪਣਾ ਪੁੱਤ ਵਿਦੇਸ਼, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਆਪਣਾ ਬੇਟਾ ਹੀ 10 ਸਾਲਾਂ ਬਾਅਦ ਮਿਲ ਗਿਆ। ਜਿੱਥੇ ਕਿ ਦੋ ਤੇ ਇਹ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਕਰ ਰਹੀ ਹੈ ਮਜਬੂਰ। 10 ਸਾਲ ਜ਼ਿੰਦਗੀ ਦੇ ਜੋ ਕਿ ਮੁੰਡਾ ਇਹ ਆਪਣੇ ਮਾਪਿਆਂ ਦੀ ਅੱਖਾਂ ਤੋਂ ਦੂਰ ਰਿਹਾ। ਜਿੱਥੇ ਕਿ ਦੋ ਤੋਂ ਇਸ ਵੀਡੀਓ ਦੇ ਵਿੱਚ ਸਿੱਧ ਹੁੰਦਾ ਹੈ ਕਿ ਪਰਦੇਸੀਆਂ ਦਾ ਹਾਲ ਬੇਹੱਦ ਹੀ ਮਾੜਾ ਹੁੰਦਾ ਹੈ। ਜਿੱਥੇ ਕਿ ਦੋ ਤੋਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਬੇਸ਼ੱਕ ਆਪਣੇ ਪਰਿਵਾਰ ਨੂੰ ਯਾਦ ਕਰਕੇ ਬੇਹੱਦ ਭਾਵੁਕ ਤਾਂ ਹੋ ਜਾਂਦੇ ਹਨ, ਪਰ ਵਿਦੇਸ਼ਾਂ ਦੇ ਵਿੱਚ ਚੰਗੀ ਕਮਾਈ ਦੇ ਲਈ ਚੰਗੇ ਭਵਿੱਖ ਦੀ ਖਾਤਰ ਵਿਦੇਸ਼ਾਂ ਦੇ ਵਿੱਚ ਦਿਨ ਰਾਤ ਇੱਕ ਕਰਦੇ ਹਨ। ਜਿੱਥੇ ਕਿ ਦੋ ਤੋਂ ਪੰਜਾਬੀਆਂ ਨੇ ਪੰਜਾਬ ਛੱਡਣ ਦਾ ਫੈਸਲਾ ਤਾਂ ਤੈਅ ਕਰ ਲਿਆ, ਪਰ ਵਿਦੇਸ਼ਾਂ ਵਿੱਚ ਜਾ ਕੇ ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਦ ਪੰਜਾਬ ਨੂੰ ਜ਼ਰੂਰ ਕਰਦੇ ਹਨ। ਕਿ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ, ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੀਆਂ ਅਪਡੇਟਾਂ ਦਿੰਦੇ ਰਹਾਂਗੇ।